ਨਮਸਤੇ ਆਉ ਪ੍ਰਗੈਸ ਲੋਤਰਾ ਸਿੱਧਿਲਕੀਰ ਉਪਰ ਤੁਸੀਂ ਸਾਰੇ ਲੋਕਿਆਂ ਰਾਂ ਮਤਾ ਮਤਾ ਮਿਲਾਰ ਕਰਨੀ ਤੇ ਇਹਦੇ ਕੰਨੇ ਕੇ ਕੋਵਿਡ ਬੁਲੇਟਿਨ ਜਿਹੜਾ ਉਹ ਤੁਸੀਂ ਸਾਰੇ ਲੋਕਿਆਂ ਕੰਨੇ ਸਾਂਝਾ ਕਰਨੀ ਤੇ ਅੱਜ ਦੇ ਦਿਨ ਸਾਡੇ ਜੰਮੂ ਕਸ਼ਮੀਰ ਚ 8 ਲੋਕ ਜਿਹੜੇ ਨੇ ਉਹ ਕੋਵਿਡ 19 ਦੀ ਵਾਇਹਾ ਕੰਨੇ ਪੂਰੇ ਹੋਈ ਦਿਨ ਹੈ ਔਰ ਇਹ 8 ਮੋਤਾਂ ਕਿਸ ਕਿਸ ਹਸਪਤਾਲ ਤੋਂ ਆਈਆਂ ਨੇ ਕਿਸ ਕਿਸ ਜ਼ਿਲ੍ਹੇ ਤੋਂ ਆਈਆਂ ਉਹ ਤੁਸੀਂ ਕੀ ਸੁਣਾਨੀਆਂ ਦੋ ਮੋਤਾਂ ਜਿਹੜੀਆਂ ਨੇ ਆ ਜੀਐਮਸੀ ਡੋਡਾ ਤੋਂ ਦਿਖਣੇਗੀ ਥੋਈਆਂ ਨੇ ਜੀਐਮਸੀ ਰਜੋਰੀ ਤੋਂ ਵੀ ਇੱਕ ਬੰਦਾ ਜਿਹੜਾ ਉਹ ਪੂਰਾ ਹੀ ਹੈ ਕੋਵਿਡ ਦੀ ਵਜ੍ਹਾ ਕਨੇ ਅਮਨਦੀਪ ਹਸਪੀਟਲ ਪਠਾਨਕੋਟ ਤੋਂ ਵੀ ਇੱਕ ਬੰਦੇ ਦੀ ਮੌਤ ਹੋਈ ਹੈ ਐਸਐਮਐਚ ਸਿਰਨਗਰ ਤੋਂ ਵੀ ਦੋ ਲੋਕ ਜਿਹੜੇ ਨੇ ਕੋਵਿਡ-19 ਦੀ ਵਜ੍ਹਾ ਕਨੇ ਪੂਰੇ ਹੋਈ ਦੇ ਨੇ ਡਿਸਟ੍ਰਿਕਟ ਹਸਪੀਟਲ ਗਾਂਦਰਬਲ ਤੋਂ ਵੀ ਇੱਕ ਬੰਦੇ ਦੀ ਮੌਤ ਦੀ ਖਬਰ ਆਈ ਦੀ ਹੈ ਔਰ ਇਹਦੇ ਕੰਨੇ-ਕੰਨੇ ਤੁਸੀਂ ਕੀ ਸੁਣਾ ਕਿ ਡਿਸਟ੍ਰਿਕਟ ਹਸਪੀਟਲ ਕੁਲਗਾਮ ਤੋਂ ਵੀ ਇੱਕ ਬੰਦਾ ਜਿਹੜਾ ਉਹ ਪੂਰਾ ਹੋਈ ਦਾ ਅੱਠ ਮੌਤਾਂ ਅੱਜ ਸਾਡੇ ਜੰਮੂ ਕਸ਼ਮੀਰ ਚ ਜਿਹੜੀਆਂ ਹੋਈਆਂ ਕੋਵਿਡ ਦੀ ਵਜ੍ਹਾ ਕਨੇ ਜਿਹਦੇ ਵਿੱਚੋਂ ਚਾਰ ਜਣੇ ਨੇ ਉਹ ਜੰਮੂ ਡਿਵੀਜ਼ਨ ਤੋਂ ਆਈਆਂ ਔਰ ਚਾਰ ਮੋਤ ਜੜੀਆਂ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਆਈਆਂ ਹੂੰ ਤੁਸੀਂ ਕੀ ਸੁਣਾਨੀਆਂ ਕਿ ਅੱਜ ਦੇ ਦਿਨ ਕੇਸ ਕਿੰਨੇ ਨਵੇਂ ਦਿਖਣੇਗੇ ਥੋਈ ਹੈ ਤਾਂ ਨੰਬਰ ਜਿਹੜਾ ਹੈ ਉਹ ਰੋਜ਼ ਕਦੇ ਘਟਦਾ ਹੈ ਅਗਲੇ ਦਿਨ ਜਿਹੜਾ ਉਹ ਵਧ ਹੀ ਜਾਂਦਾ ਤੇ ਅੱਜ ਵੀ ਨੰਬਰ ਜਿਹੜਾ ਉਹ ਵਧੇਦਾ ਹੈ 671 ਲੋਕ ਜਿਹੜੇ ਨੇ ਉਹ ਪੋਜ਼ੀਟਿਵ ਹੋਏ ਨੇ ਅੱਜ ਦੇ ਦਿਨ ਜਿਹਦੇ ਵਿੱਚੋਂ 226 ਲੋਕ ਜਿਹੜੇ ਨੇ ਜੰਮੂ ਡਿਵੀਜ਼ਨ ਤੋਂ ਪੋਜ਼ੀਟਿਵ ਆਏ ਨੇ ਔਰ 445 ਲੋਕਿਆਂ ਦਾ ਕੋਵਿਡ-19 ਦਾ ਟੈਸਟ ਪੋਜ਼ੀਟਿਵ ਆਇਆ ਕਸ਼ਮੀਰ ਡਿਵੀਜ਼ਨ ਤੋਂ ਏ ਵੀ ਤੁਸੀਂ ਸਾਰੇ ਲੋਕਾਂ ਕੰਨੇ ਸਾਂਝਾ ਕਰਨੀਆਂ ਡਿਟੇਲ ਕਿ ਜੰਮੂ ਦੀ ਜੇ ਗੱਲ ਕਰਦੇ ਤੇ ਜੰਮੂ ਖਿੱਦੇ ਚ ਜੰਮੂ ਜ਼ਿਲ੍ਹੇ ਦੀ ਜੇ ਮੈਂ ਗੱਲ ਕਰਾਂ 53 ਕੇਸ ਜਿਹੜੇ ਨੇ ਜੰਮੂ ਡਿਸਟ੍ਰਿਕਟ ਤੋਂ ਦਿਖਣੇਗੀ ਤੋਂ ਇਹਨਾਂ 11 ਲੋਕ ਉਦਮਪੁਰ ਦੇ ਰੋਣੇ ਵਾਲੇ ਜਿਹੜੇ ਕਿ ਅੱਜ ਪੋਜ਼ਿਟਿਵ ਆਇਨ ਹੈ 24 ਨਵੇਂ ਪੋਜ਼ਿਟਿਵ ਕੇਸ ਜਿਹੜੇ ਨਾ ਰਜੋਰੀ ਤੋਂ ਵੀ ਦਿਖਣੇਗੀ ਤੋਂ ਇਹਨਾਂ ਡੋਡਾ ਦੀ ਗੱਲ ਕਰਦੇ ਤੇ 46 ਲੋਕ ਡੋਡਾ ਦੇ ਰੋਣੇ ਵਾਲੇ ਉਹ ਵੀ ਪੋਜ਼ਿਟਿਵ ਆਇਨ ਹੈ ਕਠੂਏ ਤੂੰ 12 ਨਵੇਂ ਕੋਵਿਡ ਦੇ ਮਾਮਲੇ ਅੱਜ ਦੇ ਦਿਨ ਦਿਖਣੇਗੀ ਥੋਏ ਸਾਂਬੇ ਤੂੰ ਰੋਣੇ ਵਾਲੇ 2 ਲੋਕ ਜਿਹੜੇ ਪੋਜ਼ਿਟਿਵ ਆਇਆ ਨੇ ਬੀ ਕਿਸ਼ਤਵੜ ਤੂੰ ਵੀ ਕੇਸ ਜਿਹੜੇ ਨੇ ਕੋਵਿਡ ਦੇ ਦਿਖਣੇਗੀ ਥੋਏ ਪੂੰਛ ਦੇ ਰੋਣੇ ਵਾਲੇ 11 ਲੋਕ ਅੱਜ ਦੇ ਦਿਨ ਕੋਵਿਡ ਦੇ ਜਾਲ ਚ ਫਸੇ ਨੇ ਯਾਨੀ ਕਿ ਉਹਦਾ ਵੀ ਟੈਸਟ ਜਿਹੜਾ ਉਹ ਪੋਜ਼ਿਟਿਵ ਆਇਆ ਹੈ ਰਾਮਬੰਦੂ 69 ਕੇਸ ਦਿਖਨੇਗੀ ਥੋ ਇਹਨੇ ਔਰ ਰਿਆਸੀ ਤੂ 6 ਲੋਕ ਜਿਹੜੇ ਨਾ ਉਹ ਪੋਜ਼ਿਟਿਵ ਆਇਨ ਹੈ ਤੇ ਜੰਮੂ ਡਿਵੀਜ਼ਨ ਤੇ ਜੇ ਮੈਂ ਸਾਰੀ ਕਿਤਾਬ ਦੱਸਾਂ ਪਿਛਲੇ ਥੋੜੇ ਦਿਨਾਂ ਦਾ ਤੇ ਇਹ ਦਿਖਨੇਗੀ ਥੋ ਆਰੇ ਕਿ ਸਭ ਤੋਂ ਘੱਟ ਕੇਸ ਜਿਹੜੇ ਨੇ ਉਹ ਜਿਸ ਜਗ੍ਹਾ ਤੂੰ ਆਦੇ ਨਾ ਉਹ ਹੈ ਸਾੰਬੇ ਸਾੰਬੇ ਜਿਹੜੇ ਤੂੰ ਸਭ ਤੋਂ ਘੱਟ ਕੇਸ ਜਿਹੜੇ ਨੇ ਪਿਛਲੇ ਜਿਹਨੇ ਚ ਦਿਖਨੇਗੀ ਥੋ ਆਰੇ ਔਰ ਸਭ ਤੋਂ ਜ਼ਿਆਦਾ ਜਿੱਥੇ ਕੇਸ ਅੱਜ ਆਇਨ ਹੈ ਉਹ ਹੈ ਜੰਮੂ ਡਿਸਟ੍ਰਿਕਟ ਤਰੁੰਜੂਆ ਨੰਬਰ ਪਰ ਆਂਦਾ ਹੈ ਡੋਡਾ ਡੋਡਰ ਦੇ 46 ਲੋਕ ਪੋਜ਼ਿਟਿਵ ਆਏ ਨੇ ਔਰ ਤ리에 ਨੰਬਰ ਉਪਰ ਆ ਰਹਾ ਰਾਮਬਨ ਰਾਮਬਨ ਤੇ 63 ਲੋਕ ਤੇ ਇਹ ਤਰਾਂ ਜ਼ਿਲ੍ਹੇ ਦੇ ਲੋਕ ਜਿਹੜੇ ਨੇ ਉਹ ਜ਼ਿਆਦਾ ਪ੍ਰਤਿਆਨ ਰੱਖੋ ਠੀਕ ਹੈ ਤੇ ਜ਼ਿਆਦਾ ਜਿਹੜੀ ਆ ਉਹ ਮਾਸਕ ਮੂਸਕ ਜਿਹੜਾ ਉਹ ਲਾਈਏ ਰੱਖੋ ਇਹਦੇ ਕੰਨੇ ਕੰਨੇ ਤੁਸੀਂ ਸੁਣਾਵਾ ਕਿ ਜੰਮੂ ਡਿਵੀਜ਼ਨ ਚ ਅੱਜ ਟੋਟਲ ਜਿਹੜੀ ਰਿਕਵਰੀਜ਼ ਹੋਈਆਂ ਨੇ ਤੇ ਸਭ ਤੋਂ ਪਹਿਲੇ ਤੋਂ ਤੁਸੀਂ ਰਿਕਵਰੀਜ਼ ਟੋਟਲਸ ਹਨਾ ਕਿ 1171 ਲੋਕ ਜਿਹੜੇ ਨੇ ਉਹ ਰਿਕਵਰ ਕਰੀ ਐਟ ਨੇ ਜਿਹਦੇ ਵਿੱਚੋਂ 548 ਲੋਕੇ ਰਿਕਵਰ ਕੀਤਾ ਹੈ ਜੰਮੂ ਡਿਵੀਜ਼ਨ ਤੋਂ ਔਰ 630 ਰਿਕਵਰੀਆਂ ਜੜੀਆਂ ਹੋਈਆਂ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਆਈਆਂ ਨੇ ਤੇ ਜੰਮੂ ਡਿਵੀਜ਼ਨ ਚ ਜੜੀਆਂ ਰਿਕਵਰੀਆਂ ਅੱਜ ਦਿਖਣੇ ਗਈ ਤੋਂ ਹੋਈਆਂ ਉਹ ਵੀ ਤੁਸੀਂ ਸੁਨਾ ਕਿ 161 ਲੋਕੇ ਰਿਕਵਰ ਕੀਤਾ ਹੈ ਜੰਮੂ ਡਿਸਟ੍ਰਿਕਟ ਤੋਂ ਇਹ ਬੜੀ ਸ਼ਾਨਦਾਰ ਗੱਲ ਹੈ ਕੁੰਝਾ ਲੋਕ ਜਿਹੜੇ ਰਿਕਵਰ ਹੋਏ ਨੇ ਅੱਜ ਉਦਮਪੁਰ ਤੋਂ 48 ਲੋਕੇ ਰਿਕਵਰ ਕੀਤਾ ਹੈ ਰਜੋਰੀ ਜ਼ਿਲ੍ਹੇ ਤੋਂ ਡੋਡੇ ਦਾ ਜਿਹੜਾ ਸੁਨਾ ਤੇ ਡੋਡੇ ਦੇ ਰੋਣੇ ਵਾਲੇ 32 ਲੋਕ ਅੱਜ ਦੇ ਦਿਨ ਰਿਕਵਰ ਕਰੀ ਆਟ ਨੇ ਔਰ ਆਪਣੇ ਆਪਣੇ ਘਰ ਗਏ ਨੇ ਕਟੂਏ ਤੋਂ ਰੋਣੇ ਵਾਲੇ 16 ਲੋਕੇ ਜਿਹੜਾ ਹੈ ਉਹਦਾ ਟੈਸਟ ਅੱਜ ਕੋਵਿਡ ਦਾ ਨੈਗੇਟਿਵ ਆਇਆ ਹੈ ਔਰ ਉਹਨੇ ਵੀ ਰਾਹਤ ਮਿਲੀ ਹੈ ਹਸਪਤਾਲਿਆਂ ਨੂੰ ਸਾੰਬੇ ਤੂੰ ਵੀ 16 ਰਿਕਵਰੀ ਜਿਹੜੀ ਦਿਖਣੇਗੀ თੋ ਹਿਆਣਾ ਕਿਸ਼ਤਵਾਰ ਤੂੰ 11 ਲੋਕ ਜਿਹੜੇ ਨੇ ਉਹ ਰਿਕਵਰ ਕਰੀ ਐਟ ਨੇ ਪੁੰਛ ਦੀ ਸਹੀ ਜੇ ਗੱਲਸ ਨਾਲ ਤੇ ਪੁੰਛ ਤੂੰ 58 ਲੋਕ ਜਿਹੜੇ ਨੇ ਉਹ ਰਿਕਵਰ ਕਰੀ ਐਟ ਨੇ 91 ਰਿਕਵਰੀਆਂ ਜੜੀਆਂ ਨੇ ਉਹ ਰੰਬਤੂ ਦਿਖਨੇਗੀ ਤੋਂ ਆਈਆਂ ਔਰ 33 ਲੋਕੇ ਰਿਕਵਰ ਕੀ ਤਹਿ ਰਿਆਸੀ ਜ਼ਿਲ੍ਹੇ ਤੋਂ ਤੇ ਇਹਾ ਜੰਮੂ ਡਿਵੀਜ਼ਨ ਦੇ ਅੰਕੜੇ ਤੋਂ ਤੁਸੀਂ ਕੀ ਸੁਣਾਣੀਆਂ ਕਿ ਕਸ਼ਮੀਰ ਡਿਵੀਜ਼ਨ ਚ ਕੀ ਕਿਛ ਰਿਹਾ ਤੇ ਸਭ ਤੋਂ ਪਹਿਲੇ ਤੁਸੀਂ ਕੀ ਸੁਣਾ ਕਿ ਕਸ਼ਮੀਰ ਡਿਵੀਜ਼ਨ ਚ ਅੱਜ ਦੇ ਦਿਨ 445 ਨਵੇਂ ਕੇਸ ਦਿਖਨੇਗੀ ਤੋਂ ਹਨ ਔਰ ਰਿਕਵਰੀਜ਼ ਦੀ ਜੇ ਗੱਲ ਕਰਦੇ ਤੇ 633 ਰਿਕਵਰੀਆਂ ਆਈਆਂ ਨੇ ਰਿਕਵਰੀ ਜ਼ਿਆਦਾ ਆਈਆਂ ਨੇ ਪਰ ਕੇਸ ਜਿਹੜੇ ਆਏ ਨੇ 445 ਇਹ ਵੀ ਕੋਈ ਘਟ ਨਹੀਂ ਹੈ ਤੇ ਹੁਣ ਤੁਸੀਂ ਕੀ ਸੁਣਾਣੀ ਆ ਡਿਟੇਲ ਵਾਈਜ਼ ਸਰਨਗਰ ਦੀ ਜੇ ਗੱਲ ਕਰਾਂ ਤਾਂ 133 ਲੋਕ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ ਸਰਨਗਰ ਜ਼ਿਲ੍ਹੇ ਤੋਂ ਬਾਰਾਮੂਲਾ ਦੀ ਜੇ ਗੱਲ ਕਰਤੇ ਤਾਂ 96 ਲੋਕ ਜਿਹੜੇ ਨੇ ਉਹ ਬਾਰਾਮੂਲਾ ਦੇ ਰੋਣੇ ਵਾਲੇ ਆਉ ਜਿਹੜੇ ਪੋਜ਼ਿਟਿਵ ਆਏ ਨੇ ਬੜਗਾਮ ਤੋਂ ਬੜਗਾਮ ਦੀ ਗੱਲ ਕਰਦੇ 60 ਲੋਕ ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ ਪੁਲਵਾਮਾ ਤੋਂ 34 ਲੋਕਿਆਂ ਦਾ ਟੈਸਟ ਅੱਜ ਦਿਨ ਪੋਜ਼ਿਟਿਵ ਆਇਆ ਹੈ ਕੁਪਵਾੜਾ ਤੋਂ 42 ਨਵੇਂ ਕੋਵਿਡ ਦੇ ਮਾਮਲੇ ਦਿਖਨੇਗੇ ਤੋਂ ਹਨ ਅਨੰਤਨਾਗ 24 ਲੋਕਾਂ ਦਾ ਟੈਸਟ ਅੱਜ ਪੋਜ਼ਿਟਿਵ ਆਇਆ ਹੈ ਬਾਂਡੀਪੁਰਾ 'ਚ 33 ਲੋਕ ਜਿਹੜੇ ਨੇ ਬਾਂਡੀਪੁਰਾ ਦੇ ਰੋਹਣੇ ਵਾਲੇ ਜਿਹੜੇ ਕਿ ਅੱਜ ਕੋਵਿਡ ਦੇ ਜਾਲ 'ਚ ਫਸੇ ਨੇ ਗਾਂਦਰਬਲ 'ਚ ਵੀ ਬਥੇਰੀਆਂ ਲਾਪਰਵਾਈਆਂ ਹੋਈਆਂ 20 ਲੋਕ ਜਿਹੜੇ ਨੇ ਅੱਜ ਪੋਜ਼ਿਟਿਵ ਆਏ ਨੇ ਔਰ ਇਹਨਾਂ ਵਿੱਚੋਂ ਇੱਕ ਵੀ ਬੰਦਾ ਟਰੈਵਲਰ ਨਹੀਂ ਐ ਸਾਰੇ ਦਾ ਸਾਰ ਲੋਕਲ ਲੋਕ ਹੈ ਜਿਹਨੇ ਖਾਲੀ ਲਾਪਰਵਾਈਆਂ ਕੀਤੀਆਂ 29 ਲੋਕ ਪੋਜ਼ਿਟਿਵ ਆਇਆ ਨਾ ਕੁਲਗਾਮ ਤੋਂ ਔਰ ਸ਼ੋਪੀਆਂ ਦੀ ਗੱਲ ਕਰਦੇ ਤੇ ਸ਼ੋਪੀਆਂ ਚ ਸਭ ਤੋਂ ਘੱਟ ਕੇਸ ਜਿਹੜੇ ਪਿਛੇ ਦੇਖਣੇਗੀ ਥੋਏ ਅੱਜ ਵੀ ਨੰਬਰ ਜਿਹੜਾ ਉਹ ਘਟਿਆ ਸ਼ੋਪੀਆਂ ਚ ਸਿਰਫ 4 ਕੋਵਿਡ ਦੇ ਮਾਮਲੇ ਦਿਖਣੇਗੀ ਥੋਏ ਰਿਕਵਰੀਜ਼ ਦੀ ਜੇ ਗੱਲ ਕਰਦੇ ਤੇ ਸਭ ਤੋਂ ਜ਼ਿਆਦਾ ਰਿਕਵਰੀਜ਼ ਅੱਜ ਜਿਹੜੀ ਕਸ਼ਮੀਰ ਡਿਵੀਜ਼ਨ ਚ ਹੋਈ ਹੈ ਉਹ ਹੈ ਸਰਨਗਰ ਸਿਰ ਨਗਰ ਦੇ 142 ਲੋਕ ਜਿਹੜੇ ਨੇ ਉਹ ਰਿਕਵਰ ਕਰੀ ਅੱਥੇ ਨੇ 103 ਲੋਕੇ ਰਿਕਵਰ ਕੀਤਾ ਹੈ ਬਾਰਾਮੂਲਾ ਤੋਂ 90 ਲੋਕੇ ਜਿਹੜੇ ਆ ਦੀ ਕਵਰ ਕਰੀ ਆਪਣੇ ਆਪਣੇ ਘਰ ਗਏ ਨੇ ਬੜਗਾਮ ਦੇ ਰੋਣੇ ਵਾਲੇ ਹੈ ਪੁਲਵਾਮਾ ਦੀ ਜੇ ਗੱਲ ਕਰਦੇ ਤੇ 48 ਰਿਕਵਰੀ ਜਿਹੜੀ ਪੁਲਵਾਮਾ ਤੋਂ ਵੀ ਅੱਜ ਦੇ ਦਿਨ ਦੀ ਖਨੇਗੀ ਤੋਂ ਆ 68 ਲੋਕ ਜਿਹੜੇ ਦੀ ਕਵਰ ਕਰੀ ਅੱਥੇ ਨੇ ਉਹ ਕੁਪਵਾੜਾ ਦੇ ਰੋਣੇ ਵਾਲੇ ਹੈ ਇਹਦੇ ਕੰਨੇ ਕੰਨੇ 99 ਲੋਕਾਂ ਨੇ ਰਿਕਵਰ ਕੀਤਾ ਹੈ ਅਨੰਤਨਾਗ ਤੋਂ ਤਰੀ ਰਿਕਵਰੀਆਂ ਜਿਹੜੀਆਂ ਹੋਈਆਂ ਨੇ ਬਾਂਡੀਪੂਰਾ ਤੋਂ ਦਿਖਣੇ ਗਈਆਂ ਗਾਂਦਰਵਲ ਦੇ ਰੋਣੇ ਵਾਲੇ 29 ਲੋਕਾਂ ਅੱਜ ਦੇ ਦਿਨ ਕੋਵਿਡ ਤੋਂ ਛੁਟਕਾਰਾ ਜਿਹੜਾ ਉਹਨੇ ਮਿਲੀ ਹੈ ਹਸਪਤਾਲਾਂ ਤੋਂ ਵੀ ਛੁਟਕਾਰਾ ਮਿਲੀ ਹੈ ਔਰ ਉਹ ਆਪਣੇ ਆਪਣੇ ਘਰ ਗਏ ਨਾ ਰਿਕਵਰ ਕਰੀਏ ਛੋਪੀਆਂ ਦੀ ਜੇ ਗੱਲ ਕਰਦੇ ਤਾਂ ਛੋਪੀਆਂ ਚ ਅੱਜ ਦੇ ਦਿਨ 24 ਰਿਕਵਰੀਜ਼ ਦਿਖਣੇ ਗਈਆਂ ਔਰ ਕੁਲਗਾਮ ਦੀ ਜੇ ਗੱਲ ਕਰਾਂ ਤਾਂ ਕੁਲਗਾਮ ਚ ਅੱਜ ਦੇ ਦਿਨ 37 ਲੋਕ ਜਿਹੜੇ ਨੇ ਉਹ ਰਿਕਵਰ ਕਰੀਏ ਆਪਣੇ ਆਪਣੇ ਘਰ ਚਲੀ ਦੇ ਰਹੇ ਤੇ ਇਹ ਹਾ ਅੱਜ ਦਾ ਆਂਕੜਾ ਅੱਜ ਵੀ ਇਹ ਦਿਖਨੇਗੀ ਤੋਇਆ ਕਿ ਰਿਕਵਰੀਜ਼ ਮਤੀਆਂ ਹੋਈਆਂ ਨੇ ਪਰ ਕੇਸ ਜੀਆਂ ਮੈਂ ਤੁਸੀਂ ਸੁਣਾਇਆ ਜੇ ਇੱਕ ਦਿਨ ਘਟਾਰੇਦ ਅਗਲੇ ਦਿਨ ਵਾਧ ਆਈਆਂ ਦੇ ਫੇਰ ਅਗਲੇ ਦਿਨ ਘਟਾਂ ਦੇ ਫੇਰ ਅਗਲੇ ਦੋ ਦਿਨ ਜਿਹੜੇ ਉਹ ਬੱਦਰ ਹੁੰਦੇ ਨੇ ਤਾਂ ਅੱਜ ਵੀ ਜਿਹੜੇ ਨੇ 671 ਨਵੇਂ ਕੋਵਿਡ ਦੇ ਮਾਮਲੇ ਦਿਖਣੇਗੇ ਤੋਂ ਹੋਈ ਹੈ ਜੰਮੂ ਚ ਘਟਾ ਆਇਨਾ ਜੰਮੂ ਚ 226 ਲੋਕ ਪੋਜ਼ਿਟਿਵ ਆਇਨਾ ਹੈ ਔਰ 445 ਲੋਕ ਪੋਜ਼ਿਟਿਵ ਆਇਨਾ ਕਸ਼ਮੀਰ ਡਿਵੀਜ਼ਨ ਤੋਂ ਇਆਂ ਕਿ ਰਿਕਵਰੀਜ਼ ਦਾ ਵੀ ਤੁਸੀਂंगी ਸੁਣਾ ਕਿ ਕਸ਼ਮੀਰ ਡਿਵੀਜ਼ਨ ਚ ਜ਼ਿਆਦਾ ਲੋਕ ਰਿਕਵਰ ਕੀਤਾ ਹੈ 623 ਰਿਕਵਰੀਆਂ ਕਸ਼ਮੀਰ ਡਿਵੀਜ਼ਨ ਤੋਂ ਆਇਨਾ ਹੈ ਔਰ 548 ਲੋਕ ਰਿਕਵਰ ਕੀਤੇ ਨਾ ਜੰਮੂ ਡਿਵੀਜ਼ਨ ਤੋਂ ਔਰ ਮੋਤਾ ਅੱਜ ਵੀ ਕੋਵਿਡ ਦੀ ਵਾਇਆ ਕਰਨੇ 8 ਹੋਈਆਂ ਸਾਡੇ ਜੰਮੂ ਕਸ਼ਮੀਰ ਚ 4 ਲੋਕ ਜਿਹੜੇ ਨਾ ਉਹ ਪੂਰੇ ਹੋਏ ਨਾ ਜੰਮੂ ਡਿਵੀਜ਼ਨ ਤੋਂ ਔਰ ਚਾਰ ਲੋਕ ਪੂਰੇ ਹੋਏ ਜਿਹੜੇ ਨੇ ਉਹ ਕਸ਼ਮੀਰ ਡਿਵੀਜ਼ਨ ਤੋਂ ਨੰਬਰ ਤੋਂ ਦੇ ਸਾਹਮਣੇ ਨੇ ਤੇ ਇਹ ਨੰਬਰ ਖਾਲੀ ਨੰਬਰ ਨਹੀਂ ਸੇਣੀ ਕਿ ਸਮਝੋ ਤੁਸੀਂ ਇਹ ਨੰਬਰ ਸਮਝਣਾ ਵੀ ਨਹੀਂ ਚਾਹ ਰਾ ਕੀ ਕਿ ਇਹ ਨੰਬਰ ਨਹੀਂ ਹੈ ਇਹ ਲੋਕ ਨੇ ਜਿਹੜੇ ਇਸ ਬਿਮਾਰੀ ਕੰਨੇ ਜਿਹੜੇ ਨੇ ਉਹ ਰੋਜ਼ ਨਵੇਂ ਨਵੇਂ ਲੋਕ ਜਿਹੜੇ ਨੇ ਉਹ ਇਸ ਬਿਮਾਰੀ ਦੇ ਜਾਲ ਚ ਫਸਾ ਦੇਣਾ ਹੈ ਰਿਕਵਰ ਵੀ ਹੁੰਦੇ ਜਾਦੇ ਨੇ ਤੇ ਕੰਨੇ ਇਹ ਵੀ ਆਹੇ ਦਿਖੀ ਅੱਖਾਂ ਨਹੀਂ ਮਿਟਣੀ ਹੈ ਕਿ ਮੌਤਾਂ ਵੀ ਕਿੰਨੀਆਂ ਆਉਂਦੀਆਂ ਅੱਜ ਵੀ 8 ਲੋਕ ਜਿਹੜੇ ਨੇ 8 ਘਰਿਆਂ ਚ ਮਾਤਮਦਾਰੀ ਜੜੀ ਆ ਉਹ ਉਹੀ ਹੈ ਕਿਸ ਵਜ੍ਹਾ ਕਰਨੇ ਇਸੇ ਕੋਵਿਡ ਦੀ ਵਾਇਆ ਕਰਨੇ ਜੇ ਲਾਪਰਵਾਹੀਆਂ ਨਹੀਂ ਕੀਤੀਆਂ ਹੁੰਦੀਆਂ ਤੇ ਤੁਸੀਂ ਲੋਕੇ ਇਸ ਡਾਟਾ ਚ ਜਿਹੜਾ ਉਹ ਸ਼ਾਮਿਲ ਹੋਣਾਗੇ ਨਹੀਂ ਆਹੀਂ ਤੇ ਤਾਂ ਕਰੀ ਤੁਸੀਂ ਸਾਰੇ ਲੋਕਾਂ ਨੂੰ ਇਹ ਸਮਝਾਉਣੀ ਆ ਕਿ ਆਪਣਾ ਪੂਰੇ ਤਰੀਕੇ ਕਰਨੇ ਧਿਆਨ ਰੱਖੋ ਠੀਕ ਹੈ ਜਿੱਥੇ ਵੀ ਤੁਸੀਂ ਘਰੋਂ ਬਾਹਰ ਨਿਕਲਦੇ ਹੋ ਮਾਸਕ ਜਿਹੜਾ ਲਾਏ ਰੱਖੋ ਜਿਆਦਾ ਔਖਾ ਕੰਮ ਕੋਈ ਤਾਂ ਐ ਨਹੀਂ ਆ ਹਰ ਕੋਈ ਲਾਦਾ ਐ ਨਹੀਂ ਆ ਕਿ ਪਰਟੀਕੂਲਰ ਖਾਲੀ ਕਿਸ ਬੰਦੇ ਆਏਗੀ ਕਿ ਬੋਲੇਗਾ ਤੁਸੇ ਮਾਸਕ ਜੜਾ ਲਾਣਾ ਹਰ ਕੋਈ ਲਾਦਾ ਤੁਸੇ ਵੀ ਆਪਣਾ ਮਾਸਕ ਜੜਾ ਉਹ ਲਾਈਏ ਰੱਖਣਾ ਔਰ ਮਾਸਕ ਟੰਗਾ ਕਨੇ ਲਾਣਾ ਠੁੱਡੀ ਉੱਪਰ ਨਹੀਂ ਪਾਣਾ ਠੀਕ ਹੈ ਜਾਂ ਇੱਥੇ ਗਲੇ ਚ ਨਹੀਂ ਅੜਕਾਈਏ ਰੱਖਣਾ ਤਾਂ ਨਾਗੇ ਟੁੰਡਾ ਉਪਰ ਪਾਈਏ ਜੜਾ ਉਹ ਫਿਰਦੇ ਰੋਣਾ ਮਾਸਕ ਜੜਾ ਉਹ ਪੂਰੇ ਤਰੀਕੇ ਕਨੇ ਲਾਗੇ ਨੱਕ ਤੇ ਮੂੰਹ ਆਪਣਾ ਚੰਗੇ ਤਰੀਕੇ ਕਨੇ ਜੜਾ ਉਹ ਖੱਟਿਏ ਰੱਖਗੇ ਕਿ ਤਾਂਗੇ ਤੁਸੇਂਗੀ ਮਾਸਕ ਲਾਣੇ ਦਾ ਕੋਈ ਫਾਇਦਾ ਹੋਣਾ ਨਹੀਂ ਤਾਂ ਕੋਈ ਫਾਇਦਾ ਨਹੀਂ ਹੋਣਾ ਤੇ ਕਰੂਆ ਜੁੱਲੇ ਵੀ ਬਾਹਰ ਨਿਕਲਦੇ ਹੋ ਮਾਸਕ ਲਾਈਏ ਨਿਕਲੋ ਸੈਨ ਟੈਨੇਟਾਈਜ਼ਰ ਜੜਾ ਉਹ ਯੂਜ਼ ਕਰੋ ਜੇ ਤੁਸੀਂ 10 ਲੋਕਿਆਂ ਦੇ ਵਿੱਚ ਜਾ ਰਹੇ ਹੋ ਗੱਲਬਾਤ ਕਰਨ ਤਾਂ ਆਪਸ ਵਿੱਚ ਦੂਰੀ ਜੜੀ ਉਹ ਬਣਾਈ ਰੱਖੋ ਮੈਂ ਨਹੀਂ ਆਖਦੀ ਕਿ ਹੁਣ ਆਪਣਾ ਕੰਮ ਕਾਜ ਛੱਡਿਓ ਜਿਹੜਾ ਇੱਕ ਸਭ ਕੁਝ ਆਸਤਾ ਆਸਤਾ ਖੁੱਲ੍ਹਦਾ ਹੈ ਜੁਲੇ ਵੀ ਤੁਸੀਂ ਬਾਹਰ ਨਿਕਲਦੇ ਹੋ ਬਸ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਣਾ ਕਿ ਕਿਸੇ ਕੰਨੇ ਵੀ ਆਸ ਗੱਲ ਕਰਨੀ ਤਾਂ ਆਪਸ ਵਿੱਚ ਥੋੜੀ ਦੂਰੀ ਬਣਾਈ ਰੱਖਣੀ ਜਿਆਦਾ ਕਿਛ ਨਹੀਂ ਕਰਨਾ ਤਾਂ ਉਮੀਦ ਕਰਨੀ ਆ ਇਹ ਗੱਲਾਂ ਤੁਸੀਂ ਸਾਰੇ ਲੋਕ ਸਮਝਦੇ ਵੀ ਹੋ ਇਹਦੇ ਉੱਪਰ ਅਮਲ ਵੀ ਕਰਦੇ ਹੋ ਔਰ ਇਹ ਨੰਬਰ ਕੀ ਨਾ ਕਟਾਉਣੇ ਦਾ ਕੰਮ ਕਰੋ ਬਿਦਾਣੇ ਦਾ ਨਹੀਂ ਕੱਲ ਪਰਤੀ ਆਗੀ ਬੁਲੇਟਿਨ ਤੁਸੀਂ ਸਾਰੇ ਲੋਕਿਆਂ ਕੰਨੇ ਸਾਂਝਾ ਕਰਨ ਤਾਂ ਹੀ ਫਿਲਹਾਲ ਮੀਗੀ ਦਿ